अस्सलाम वालेकुम वीरो, की हाल? ठीक हो? उम्मीद करदा कि सब ठीक होणगे, खैर खरीयत नाल होणगे। ते मैं अज आया वां डेरे अपनियां पैलियां च पठे वड्डण। ओहो, ते धुप बड़ी लगी है, वेखो कहन लशकारे मार रहा सूरज। हाँ जी, धुप बहुत ज्यादा, वेखो इन्ना पसीना आ रहा। टाइम तकरीबन 10:30 हो गए ने, ते पठे असी वड लेने, ते हुण लदी है रेड़ी ते चलिए घर। ਕਣਕਾਂ ਪੱਕ ਗਈਆਂ, ਕਣਕਾਂ ਪੱਕ ਗਈਆਂ ਤੇ ਵੱਢਣ ਦੀ ਟਾਈਮ ਆ ਗਿਆ। ਅੱਗੋਂ ਆ ਗਈ ਈਦ, ਵੇਖੋ ਹੁਣ ਕੱਲ ਨੂੰ ਈਦ ਹੁੰਦੀ ਹੈ ਕਿ ਨਹੀਂ ਇਹ ਸ਼ਾਮ ਨੂੰ ਪਤਾ ਲੱਗੇਗਾ। ਤੇ ਪੱਠਿਆਂ ਦਾ ਬੜਾ ਔਖਾ ਹੋ ਜਾਣਾ ਜੇ ਤੇ ਕੱਲ ਨੂੰ ਹੋ ਗਈ ਈਦ, ਜੇ ਤੇ ਕੱਲ ਨੂੰ ਹੋ ਗਈ ਈਦ ਫਿਰ ਤੇ ਸ਼ਾਮ ਨੂੰ ਪੱਠੇ ਲੈ ਕੇ ਜਾਣੇ ਪੈਣੇ ਨੇ। ਤੇ ਜੇ ਕੱਲ ਨੂੰ ਈਦ ਨਾ ਆਈ ਤੇ ਫਿਰ ਪਰਸੋਂ ਨੂੰ ਕਦੋਂ, ਕੱਲ ਨੂੰ ਫਿਰ ਪੱਠੇ ਲੈ ਜਾਂਗੇ 2 ਦਿਨਾਂ ਦੇ ਇਕੱਠੇ ਹੀ। ਤੇ ਜੇ ਕੱਲ ਨੂੰ ਹੋ ਗਈ ਈਦ ਫਿਰ ਬੜੇ ਔਖੇ ਹੋਣੇ ਨੇ ਪੱਠੇ ਲੈ ਜਾਣ। ਕੁਛ ਵੱਢ ਲੈਣੇ ਤੇ ਕੁਛ ਉਹ ਵੱਢਣ ਦੇ ਨੇ ਪਿੱਛੇ, ਹੈ ਨਾ? 1, 2, 3 ਇਹ ਚਾਰ ਪੰਡਾਂ ਵੱਢ ਲਈਆਂ, ਬਾਕੀ ਕੋਈ ਵੱਢੇ ਪਏ ਨੇ, ਮੈਂ ਬੱਲੀਆਂ 'ਚ ਪਾਉਂਦਾ ਵਾਂ। ਹਾਂਜੀ, ਅਸੀਂ ਆਏ ਸੀ ਲਸਣ ਵੱਢਣ, ਯਾਨੀ ਕਿ ਥੋਮ। ਲਸਣ ਉਹਨੂੰ ਕਹਿੰਦੇ ਨੇ, ਥੋਮ ਗਾਰਲਿਕ। ਅਸੀਂ ਲਸਣ ਪੁੱਟਣ ਆਏ ਸੀ ਅਤੇ ਨਾਲ ਮੇਰੀ ਵਾਲਦਾ। ਹਾਂ, ਅਤੇ ਮੇਰੀ ਵਾਲਦਾ ਕਹਿੰਦੀ ਹੈ ਤੇਰੀ ਦਾੜੀ 'ਚ ਚਿੱਟੇ ਆ ਗਏ ਨੇ। ਅਕਲ ਫਿਰ ਨਹੀਂ ਆਈ, ਕੀ ਕਰੀਏ ਹੁਣ, ਅਕਲ ਫਿਰ ਇੱਦਾਂ ਹੀ ਆ ਅਸੀਂ ਤਾਂ। ਅਤੇ ਪੱਠੇ ਹੁਣ ਅਸੀਂ ਕੀ ਵੱਢ ਲਏ ਨੇ, ਅਤੇ ਹੁਣ ਉਹ ਰੇੜੀ 'ਤੇ ਰੱਖ ਕੇ ਅਤੇ ਜਾਂਦੇ ਹਾਂ ਹੁਣ ਅਸੀਂ ਘਰ।